सब तो पहला साड़ी पार्टी वालों मेरे वालों थानू सब नू आन वाली दिवाली दी बंदी छोड़ बहुत बहुत बधाई। असी भी यही बेनती करके आए हैं कि किसान भी जिहड़े ने किसान दे नाल जुड़े हुए लोग चाहे मजदूर है चाहे मिलर है चाहे आड़ती ने चाहे दुकानदार ने चाहे बिजनेसमैन है जिन्हां दे कारण पंजाब दी इकोनमी चल रही है वह भी अपनी दिवाली अच्छी तरह मना सकन। इसलिए यह टाइम जिहड़ा है किसानां दा वह धरने ते बैठन दा नहीं है, कृपा करके उन्हां दीआं मंगां नूं मनदे हुए पैड़ी पंजाब सरकार उठा के जिहड़ी है उन्हां नूं राहत देवे और वह धरने की बजाय अपनी मंडी जाके पैड़ी बेच के अपने बच्चों के नाल जिहड़ी है वह शॉपिंग कर सकन। केंद्र सरकार ने अपना फर्ज पूरा करता है, केंद्र सरकार ने 44,000 करोड़ रुपया जिहड़ा है वह आलरेडी इन एडवांस जिहड़ा पीरियड हुंदा पैड़ी की मिलिंग का उस तो पहला पैड़ी उठाने का उस तो पहला दे चुके ने। यह जिम्मेवारी सी सरकार की पंजाब सरकार की कि उस पैसे दे नाल जिहड़ियां अरेंजमेंट हुंदे ने मंडी का अरेंजमेंट है बारदाने का अरेंजमेंट है परचेज का अरेंजमेंट है वह ये कर दे। अज इस समय यह नहीं है कि मैं उहदा कसूर दा कसूर, अज समय है एक्शन लैण दा। एक सरकार जिहड़ा अपना फर्ज पूरा कर रही है ते राज सरकार जिहड़ा है जिहड़ा मेन काम है वह उस नूं पूरा नहीं कर रही। अज गवर्नर साहब नूं मिलके रिक्वेस्ट करके आए हां कि तुसी अपना गुड ऑफिस यूज करके कोई समत्या पाओ इन्हां दे दिमाग च कि यह जल्दी जल्दी किसानां दा जिहड़ा है पैड़ी उठावे। दूजी गल तुसी देखी होनी है यह एक फैसटिवल हुंदा जी पैड़ी जदों आउंदी ना मंडियां च ਤੁਸੀਂ ਸਾਰੇ ਕਵਰ ਕਰਦੇ ਇੱਕ ਫੈਸਟੀਵਲ ਹੁੰਦਾ। ਸਰਕਾਰ ਦੇ ਲੋਕ ਜਿਹੜੇ ਨੇ ਉਹ ਜਾ ਕੇ ਮੰਡੀਆਂ ਦੇ ਦੌਰੇ ਕਰਦੇ ਨੇ ਅਰੇਂਜਮੈਂਟ ਦੇਖਦੇ ਨੇ ਤੁਸੀਂ ਉਹਦੇ ਕਵਰ ਕਰਦੇ ਹੋ, ਲੇਕਿਨ ਇਸ ਸਰਕਾਰ ਨੇ ਤਾਂ ਇੰਨੀ ਵੀ ਹਿੰਮਤ ਨਹੀਂ ਕੀਤੀ ਕਿ ਉਹ ਮੰਡੀਆਂ ਜਾ ਕੇ ਲੋਕਾਂ ਦੀ ਕਿਸਾਨਾਂ ਦੀ ਹਾਲਤ ਜਾ ਕੇ ਪੁੱਛੇ, ਕਿਉਂਕਿ ਇਹਨਾਂ ਨੇ ਉਹਨਾਂ ਵਾਸਤੇ ਕੀਤਾ ਹੀ ਕੁਛ ਨਹੀਂ ਸੀ, ਇਸ ਕਰਕੇ ਜਾਂਦੇ ਵੀ ਕਿਸ ਉਹਦੇ ਨਾਲ। ਤੋ ਤੁਹਾਡੇ ਲਈ ਮੈਂ ਇੱਕ ਬੇਨਤੀ ਹੈ ਤੁਹਾਡੇ ਵੱਲ ਤੁਹਾਡੇ ਰਾਹੀਂ ਮੈਂ ਕਰ ਰਿਹਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਇਸ ਪੈੜੀ ਨੂੰ ਉਠਾਇਆ ਜਾਵੇ ਔਰ ਕਿਸਾਨ ਨੇ ਕਿਉਂਕਿ ਅਗਲੀ ਫੀਸ ਫਸਲ ਵੀ ਬੀਜਣੀ ਹੈ ਇਹ ਤਾਂ ਉਹ ਵੀ ਸਾਈਕਲ ਜਿਹੜਾ ਹੈ ਉਹ ਖਰਾਬ ਹੋਏਗਾ, ਇਕਨੋਮਿਕ ਸਾਈਕਲ ਵੀ ਖਰਾਬ ਹੋਏਗਾ ਔਰ ਫਸਲ ਬੀਜਣ ਦਾ ਸਾਈਕਲ ਵੀ ਖਰਾਬ ਹੋਏਗਾ। ਜਿੰਨਾ ਚਿਰ ਇਹ ਫਸਲ ਨਹੀਂ ਉੱਠੇਗੀ ਉਨਾ ਚਿਰ ਕਿਸਾਨ ਜਿਹੜਾ ਹੈ ਦੁਬਾਰੀ ਤਿਆਰੀ ਨਹੀਂ ਕਰੇਗਾ। ਮੈਂ ਇੱਕ ਸਿਰਫ ਐਗਜ਼ਾਮਪਲ ਦੇਣੀ ਹੈ, ਮੈਂ ਪਹਿਲੀ ਵਾਰ ਦੇਖਿਆ, ਮੇਰਾ ਵੀ ਬੜਾ 97 ਤੋਂ ਮੈਂ ਰਾਜਨੀਤੀ 'ਚ ਹੈ ਐਕਸਪੀਰੀਅੰਸ ਹੈ ਅਲੱਗ ਅਲੱਗ ਸਰਕਾਰਾਂ 'ਚ ਕੰਮ ਕੀਤਾ ਆ, ਕਿ ਇੱਕ ਅਸੀਂ ਕਹਾਵਤ ਸੁਣਦੇ ਹੁੰਦੇ ਸੀਗੇ ਕਿ ਜਿਸ ਡਾਲੀ ਤੇ ਬੈਠਾ ਬੰਦਾ ਉਸ ਡਾਲੀ ਨੂੰ ਕੱਟ ਰਿਹਾ, ਇਹ ਪੰਜਾਬ ਸਰਕਾਰ ਤੇ ਲਾਗੂ ਹੁੰਦੀ ਹੈ ਵੀ ਜਿਹੜਾ ਇਕਨੋਮਿਕ ਰੀੜ੍ਹ ਦੀ ਹੱਡੀ ਹੈ ਸਾਡੀ ਕਿਸਾਨ ਉਹਨਾਂ ਨੂੰ ਹੀ ਨੁਕਸਾਨ ਪਹੁੰਚਾ ਕੇ ਉਹਨਾਂ ਨੂੰ ਹੀ ਐਜੀਟੇਸ਼ਨ ਤੇ ਬਿਠਾ ਕੇ ਇਹ ਸਰਕਾਰ ਜਿਹੜੀ ਹੈ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੰਜਾਬ ਸਰਕਾਰ ਨੇ ਇੱਕ ਦਾਅਵਾ ਕੀਤਾ ਜੀ ਉਹ ਕਹਿੰਦੇ 6 ਦਿਨਾਂ 'ਚ ਲਿਫਟਿੰਗ ਜਿਹੜੀ ਹੈ 3 ਗੁਣਾ ਵਧਾ ਦਿੱਤੀ ਹੈ, ਸਭ ਕੁਝ ਠੀਕ ਹੋ ਰਿਹਾ ਬੜੀ ਜਲਦੀ, ਸਭ ਠੀਕ ਹੋ ਰਿਹਾ। ਦੇਖੋ ਏਦਾਂ ਕਰੋ ਸੀ ਜੇ ਇਹ ਗੱਲ ਹੁੰਦੀ ਤਾਂ ਕਿਸਾਨ ਧਰਨੇ 'ਤੇ ਕਿਉਂ ਬੈਠਦਾ, ਫਿਰ ਤੁਸੀਂ ਵੀ ਬੜੇ ਹਾਈਲਾਈਟ ਕਰਦੇ ਇਸ ਗੱਲ ਨੂੰ, ਦੇਖੋ ਜੀ ਕਿਹਨੇ ਕਰਤੀ, ਪਰ ਡਿਲੇ ਕਿੰਨਾ ਹੋ ਗਿਆ ਵੀ ਦੇਖੋ ਨਾ ਇਸ ਕਾਰਨ ਜਿਹੜੀ ਫਸਲ, ਮੈਂ ਅਗਲੀ ਗੱਲ ਕਰ ਰਿਹਾ ਨਾਲ, ਜੇ ਇਹ ਟਾਈਮ ਸਿਰ ਚੁੱਕ ਹੋ ਜਾਂਦੀ ਕਿਸਾਨ ਆਪਣੇ ਖੇਤਾਂ ਜਾ ਕੇ ਆਪਣੀ ਦੂਜੀ ਫਸਲ ਬੀਜਣ ਦੀ ਤਿਆਰੀ ਜਿਹੜੀ ਹੈ ਉਹ ਕਰਦਾ। ਇੱਕ ਗੱਲ ਹੋਰ ਦੱਸਦਾ ਤੁਹਾਨੂੰ ਮੈਂ, ਇਹ ਸਮੇਂ ਇੱਕ ਵਾਰੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਵੀ ਆਇਆ ਸੀਗਾ ਜਦੋਂ ਗੰਨੇ ਦੀਆਂ ਮਿੱਲਾਂ ਬੰਦ ਹੋ ਗਈਆਂ ਸੀ ਪੰਜਾਬ 'ਚ, ਉਦੋਂ ਕੀ ਸੀ, ਉਦੋਂ ਸਰਕਾਰ ਨੇ 240 ਰੁਪਏ ਕੁਇੰਟਲ ਰੇਟ ਰੱਖਤਾ, ਮਿੱਲ ਵਾਲੇ ਕਹਿੰਦੇ ਅਸੀਂ 190 ਤੋਂ ਵੱਧ ਦੇ ਨਹੀਂ ਸਕਦੇ, ਕਿਸਾਨ ਕਹਿੰਦਾ ਅਸੀਂ 240 ਤੋਂ ਘੱਟ ਖਰੀਦਣਾ ਨਹੀਂ। ਉਹਦੇ ਵਿੱਚ ਸਰਕਾਰ ਨੇ ਵਾਇਆ ਮੀਡੀਆ ਕੱਢਿਆ ਸੀ ਵੀ ਤੁਸੀਂ 190 ਦਿਓ 50 ਰੁਪਏ ਕੁਇੰਟਲ ਸਰਕਾਰ ਦੇਗੀ। ਸਰਕਾਰਾਂ ਹੁੰਦੀਆਂ ਕਾਹਦੇ ਵਾਸਤੇ ਆ, ਤਕਲੀਫ ਦੇਣ ਵਾਸਤੇ ਹੁੰਦੀਆਂ ਜਾਂ ਲੋਕਾਂ ਦੀ ਤਕਲੀਫ ਹੱਲ ਕਰਨ ਵਾਸਤੇ ਹੁੰਦੀਆਂ। ਇਹ ਵੀ ਕਿਤੇ ਕਮੀ ਲੱਗਦੀ ਸੀ ਤਾਂ ਆਫਰ ਕਰਦੇ ਨਾ, ਇੰਨਾ ਪੈਸਾ ਆਇਆ ਕੇਂਦਰ ਵੱਲੋਂ ਕਿ ਅਸੀਂ ਕੰਟਰੀਬਿਊਟ ਕਰਦੇ ਹਾਂ ਤਾਂ ਕਿ ਤੁਹਾਡੀ ਫਸਲ ਜਿਹੜੀ ਹੈ ਉਹ ਟਾਈਮ ਸਿਰ ਜਿਹੜੀ ਹੈ ਉਹ ਮਿੱਲਾਂ 'ਚ ਪਹੁੰਚ ਜਾਏ ਔਰ ਚੌਲ ਬਣ ਕੇ ਉਹ ਕੇਂਦਰ ਦੇ ਭੰਡਾਰ 'ਚ। ਜਿਹੜਾ ਚੌਲ ਪਹਿਲਾਂ ਹੀ ਪਿਆ ਹੈਗਾ ਭੰਡਾਰ ਭਰੇ ਹੋਏ ਆ ਉਹ ਕੇਂਦਰ ਨੇ ਨਹੀਂ ਚੁੱਕਿਆ, ਬਹੁਤ ਘੱਟ ਮਾਤਰਾ ਦੇ ਵਿੱਚ ਚੁੱਕਿਆ, ਉਸ ਤੋਂ ਬਾਅਦ ਜਿਹੜਾ ਐਕਸਪੋਰਟ ਆ ਉਹ ਬਹੁਤ ਲੇਟ ਖੁੱਲਿਆ। ਦੇਖੋ ਇਸ ਕੰਟਰੋਵਰਸੀ ਮੈਂ ਇਸ ਕਰਕੇ ਨਹੀਂ ਜਾਣਾ ਚਾਹੁੰਦਾ, ਉਹਦਾ ਬਹੁਤ ਵੱਡਾ ਕਾਰਨ ਰਿਹਾ ਰੇਲ ਅੰਦੋਲਨ ਵੀ ਰਹੇ, ਇਸ ਕਰਕੇ ਮੈਂ ਇਸ ਵੇਲੇ ਸਿਰਫ ਮੈਂ ਕੋਈ ਜ਼ਿੰਮੇਵਾਰੀ ਨਹੀਂ ਹੈ, ਸਿਰਫ ਜ਼ਿੰਮੇਵਾਰ ਅੱਜ ਦੀ ਸਰਕਾਰ ਹੈ ਹਰ ਗੱਲ ਵਾਸਤੇ, ਕਿਉਂਕਿ ਸਰਕਾਰਾਂ ਹੁੰਦੀਆਂ ਕਾਹਦੇ ਵਾਸਤੇ ਆ, ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਹੁੰਦੀ। ਦੇਖੋ ਇੱਕ ਚੀਜ਼ ਆਪਾਂ ਦੇਖ ਲਈਏ, 4 ਕੰਪੋਨੈਂਟ ਹੁੰਦੇ ਨੇ ਜਦੋਂ ਅਸੀਂ ਪ੍ਰੋਕਿਓਰ ਕਰਦੇ ਹਾਂ, 4-5 ਕੰਪੋਨੈਂਟ, 4
पंजाब सरकार ने एक केंद्र सरकार का 20% पैड़ी जी है ना वो कौन चकता एफ सी आई 60% पैड़ी जी 80% पैड़ी जी है वो मार्फेट पनग्रेम वेयर हाउस पनसप वो चकते हैं हूँ जे तुसी पंजाब सरकार नूं पुछो भी थोड़ी एजेंसियां गईयां कित्थे आ जब पैसा आ गया जो पता कि पैड़ी आने वाली है उस तो पहला बहुत अरेजमेंट करने पैंदे ने तुसी जे जाओगे ना मंडिया गए होने तुहाडे साथी इस वेले किसान नूं गनी बैग भी नहीं मिल रहा जिन्हें बोरिया च पाना वह भी नहीं मिल रहा बारदाना नहीं मिल रहा बारदाना खरीदने वास्ते भी केंद्र सरकार ने पैसे दिते हुए ने इहदे विच ही इस पैकेज च हुंदा इस करके ये अपनी जिम्मेवारी तो नहीं पा सकते मैं एक सेकंड क्लियर कर दे तुसी क्या कि चौल जड़े ने सरकार कह रही भी चौल नहीं चक रही सेंट्रल सरकार इस करके साडे कोल जगह नहीं तुहानू सारयां नू पता होगा भी असीं भी जिमीदार हाँ जिमीदारां नाल ही तुहाडा विवाह पैंदा है कि चौल जड़ा है वह कवर्ड गडाउन दे विच लगदा ओपन च नहीं लगदा गा जदों पैड़ी हुंदा है वह ओपन पलिंथां ते लगदा है शैलरां दे विच लगदा है जदों पहला जड़ा चौल बन चुका है ओहदी थां ते जिथे पैड़ी चक्या गया है वह पैड़ी दीआं जगहां खाली पईआं ने इस वेले ये क्यों नहीं उथे पैड़ी रख दे गए पैड़ी नूं गडाउन च नहीं रखना बेटा पैड़ी नूं ओपन च शैलरां दे विच उथे स्टॉक उथे स्टैकिंग हुंदी है जदों ओहदा चौल बन जाएगा फिर गडाउनां च जाएगा पर इस वेले साडे गडाउन भी खाली ने और जिहड़े शैलर दे जिथे जिहड़ियां ओपन स्पेसिस ने ओह भी खाली ने ਸੋ ਬੇਟਾ ਖਿੱਚੋਤਾਨ ਨਹੀਂ ਹੈਗੀ ਇਹ ਸੈਂਸ ਆਫ ਰਿਸਪੋਂਸੀਬਿਲਿਟੀ ਹੈ ਦੇਖੋ ਨਾ ਕਿ ਸਟੇਟ ਦੀ ਜ਼ਿੰਮੇਦਾਰੀ ਕੀ ਹੈ ਅੱਜ ਤੱਕ ਦੇਖੋ ਅਸੀਂ ਪਹਿਲਾਂ ਵੀ ਗਵਰਨਮੈਂਟ ਵਿਚ ਰਹੇ ਹਾਂ ਸਟੇਟ ਦੀ ਗਵਰਨਮੈਂਟ ਦੀ ਜਿਹੜੀ ਜ਼ਿੰਮੇਦਾਰੀ ਹੁੰਦੀ ਹੈ ਗਣੀ ਬੈਗਸ ਦਾ ਜਿਵੇਂ ਇਹਨਾਂ ਨੇ ਕਿਹਾ ਬਾਰਦਾਣੇ ਦਾ ਪ੍ਰਬੰਧ ਕਰਨਾ ਕੰਟਰੈਕਟਰ ਦਾ ਪ੍ਰਬੰਧ ਕਰਨਾ ਠੇਕੇ ਦੇਣੇ ਟੈਂਡਰ ਦੇਣੇ ਕੌਣ ਸਟੇਟ ਗਵਰਨਮੈਂਟ ਕਰਦੀ ਕਿ ਸੈਂਟਰ ਗਵਰਨਮੈਂਟ ਕਰਦੀ ਮੰਡੀਆਂ ਸਾਫ਼ ਕਰਨੀਆਂ ਮੰਡੀਆਂ ਸਾਫ਼ ਕਰਨੀਆਂ ਮੰਡੀਆਂ ਦੇ ਵਿਚ ਜਾ ਕੇ ਪ੍ਰੋਵੀਜ਼ਨ ਦੇਣੇ ਜਗ੍ਹਾ ਬਣਾਉਣੀ ਉਹ ਸਾਰੀ ਜਗ੍ਹਾ ਜਿਹੜੀ ਹੈ ਇਹ ਸਟੇਟ ਗਵਰਨਮੈਂਟ ਦੀ ਜ਼ਿੰਮੇਦਾਰੀ ਹੈ ਕੰਟਰੈਕਟ ਦੇ ਵਿਚ ਹੈ